ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼। ਇੱਕ ਮਹੀਨਾ ਪਹਿਲਾਂ ਵੱਡਿਆ ਸੀ ਕੁੱਤੇ ਨੇ, ਬੱਚੇ ਨੇ ਡਰਦੇ ਮਾਰੇ ਘਰ ਵਿੱਚ ਨਹੀਂ ਦੱਸਿਆ, ਨਿੱਕੀ ਜਿਹੀ ਗਲਤੀ ਕਾਰਨ ਚਲੀ ਗਈ ਜਾਨ। ਤੁਹਾਨੂੰ ਦੱਸ ਦਈਏ ਕਿ ਇੱਕ 14 ਤੋਂ 15 ਸਾਲ ਦਾ ਬੱਚਾ ਆਪਣੇ ਘਰ ਦੇ ਬਾਹਰ ਖੇਡ ਰਿਹਾ ਸੀ ਅਤੇ ਖੇਡਦੇ ਖੇਡਦੇ ਉਸ ਨੂੰ ਗੁਆਂਢੀਆਂ ਦੇ ਕੁੱਤੇ ਨੇ ਕੱਟ ਲਿਆ, ਪਰ ਬੱਚੇ ਨੇ ਡਰਦੇ ਮਾਰੇ ਆਪਣੇ ਘਰ ਜਾ ਕੇ ਇਸ ਬਾਰੇ ਕੁੱਝ ਵੀ ਨਹੀਂ ਦੱਸਿਆ ਅਤੇ ਕੁੱਝ ਦਿਨਾਂ ਬਾਅਦ ਜਦੋਂ ਬੱਚਾ ਕੁੱਤੇ ਵਾਂਗ ਹਰਕਤਾਂ ਕਰਨ ਲੱਗ ਪਿਆ ਤਾਂ ਉਸਦੇ ਪਰਿਵਾਰ ਨੂੰ ਲੱਗਿਆ ਕਿ ਇਹ ਡਰਾਮਾ ਕਰ ਰਿਹਾ ਹੈ, ਕਿਉਂਕਿ ਉਸਨੇ ਆਪਣੇ ਘਰ ਵਿੱਚ ਕੁੱਤੇ ਦੇ ਕੱਟਣ ਬਾਰੇ ਨਹੀਂ ਦੱਸਿਆ ਸੀ। ਪਰ ਜਦੋਂ ਇਹ ਹਰਕਤਾਂ ਵੱਧ ਗਈਆਂ ਤਾਂ ਪਰਿਵਾਰ ਨੇ ਬੱਚੇ ਨੂੰ ਦਿੱਲੀ ਦੇ ਏਮਸ ਹਸਪਤਾਲ ਵਿੱਚ ਦਿਖਾਇਆ ਤਾਂ ਹਸਪਤਾਲ ਵਾਲਿਆਂ ਨੇ ਦੱਸਿਆ ਕਿ ਬੱਚੇ ਨੂੰ ਰੈਬਿਸ ਹੋ ਗਿਆ ਹੈ, ਮਤਲਬ ਕਿ ਹਲਕਵਾ, ਜੋ ਕਿ ਕੁੱਤੇ ਦੇ ਕੱਟਣ ਤੋਂ ਹੁੰਦਾ ਹੈ। ਹਸਪਤਾਲ ਨੇ ਦੱਸਿਆ ਕਿ ਇਸ ਦਾ ਕਿਸੇ ਕੋਲ ਕੋਈ ਵੀ ਇਲਾਜ ਨਹੀਂ ਹੈ ਅਤੇ ਦੇਖਦੇ ਹੀ ਦੇਖਦੇ ਬੱਚੇ ਨੇ ਪਿਤਾ ਦੀ ਗੋਦ ਵਿੱਚ ਆਖਰੀ ਸਾਹ ਲਏ। ਇੱਕ ਨਿੱਕੀ ਜਿਹੀ ਗਲਤੀ ਨੇ ਬੱਚੇ ਦੀ ਜ਼ਿੰਦਗੀ ਖਤਮ ਕਰ ਦਿੱਤੀ। ਸੋ ਤੁਸੀਂ ਵੀ ਆਪਣੇ ਬੱਚਿਆਂ ਦਾ ਧਿਆਨ ਰੱਖੋ ਅਤੇ ਉਹਨਾਂ ਨੂੰ ਸਮਝਾਓ ਕਿ ਜੇਕਰ ਬਾਹਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਹੁੰਦੀ ਹੈ ਤਾਂ ਘਰ ਵਿੱਚ ਕਿਸੇ ਨਾ ਕਿਸੇ ਨੂੰ ਜ਼ਰੂਰ ਦੱਸਣ। ਸੋ ਇਸ ਵੀਡੀਓ ਨੂੰ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰਕੇ ਹਰ ਇੱਕ ਤੱਕ ਪਹੁੰਚਦੀ ਜ਼ਰੂਰ ਕਰਿਓ ਅਤੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੀ ਪ੍ਰਤੀਕਿਰਿਆ ਕਮੈਂਟਾਂ ਵਿੱਚ ਜ਼ਰੂਰ ਦਿਓ।